ਤੁਸੀਂ ਇਹ ਮੂੰਹ 'ਚ ਕੁਛ ਪਾਓਗੇ ਨਹੀਂ ਨਾ, ਹੈ ਇਹਨਾਂ ਖੁਸ਼ ਨਹੀਂ ਹੋਣਾ, ਜਾਂ ਜੋ ਮਰਜ਼ੀ ਕਰ ਲਿਓ। ਪਹਿਲਾਂ ਸ਼ੇਰ ਦੇ ਮੂੰਹ 'ਚ ਕੁਛ ਬੁਲਾਉਣ ਵਾਸਤੇ ਮਾਤਾ ਨੂੰ ਵੀ ਤੂੰ ਲੈ ਕੇ ਆ, ਭਾਈ ਆ ਤਾਂ ਫੜ ਰਿਸ਼ਵਤ ਲੈਣ ਲੈਂਦਾ ਨਾ ਸਾਰਾ ਸਾਰੇ ਦੇ ਮੇਰਾ ਬੰਦਨਾ ਜੀ ਨੂੰ ਅਤੇ ਜੀਵਨ ਜੀ ਨੂੰ ਹੁਕਮ ਹੈ ਸ਼ੇਰ ਵੱਲੋਂ ਕਿ ਆ ਕੇ ਇਹਦੇ ਮੂੰਹ 'ਚ ਕੁਛ ਕਿਆ ਕਹਿੰਦੇ ਹੁੰਦੇ ਉਹ ਖੇਸ, ਸ਼ੇਰ ਕਭੀ ਘਾਸ ਨਹੀਂ ਖਾਏਗਾ, ਭੂਖਾ ਮਰ ਜਾਏਗਾ। ਇਹ ਹੱਡਾ ਰੋਡ ਜਿਹੜਾ ਸ਼ੇਰ ਨਹੀਂ ਹੈ ਇਹ, ਤੁਸੀਂ ਕਿਹਾ ਵੀ ਮਰਿਆ ਡੰਗਰ ਖਾ ਲੈਣਾ, ਇਹ ਨਹੀਂ ਖਾਣਾ ਇਹਨੇ, ਇਹਦਾ ਸ਼ਿਕਾਰ ਨਵਾਂ ਲਿਆਉਣਾ ਤੁਹਾਨੂੰ ਦੱਸਦਾ ਮੈਂ ਨਾ ਇੱਦਾਂ ਕਰਦੀ ਕੋਈ ਵੀ ਆਹੋ ਕੱਲ ਇਹਨਾਂ ਹੋਵੇ ਕੱਟਾ ਮਾਰ ਕੇ ਤਾਂ ਸ਼ੇਰ ਨੂੰ ਲਿਆ ਕੇ ਬਈ ਬਿਲਕੁਲ ਗਲਤ ਗੱਲ ਹੈ, ਬੰਦਨਾ ਗੱਲ ਸੁਣੋ ਕੀ ਕਹਿੰਦੇ ਹੋਵੇ ਪਾਣੀ ਵੀ ਪੀਂਦਾ ਇਹ, ਘਾਸ ਨਹੀਂ ਖਾਂਦਾ ਇਹ ਖਾਂਦਾ ਕੱਲ ਇਹਨਾਂ ਇੱਕ ਮਿੰਟ ਕੱਲ ਕੱਟਾ ਮਾਰ ਗਿਆ ਕੋਈ ਚੱਕ ਕੇ ਲਿਆਓ ਬਈ ਸ਼ੇਰ ਖਾ ਇਹਨੂੰ, ਇਹ ਨਹੀਂ ਖਾਣਾ, ਨਹੀਂ ਨਹੀਂ ਤਾਜ਼ਾ ਮਾਰ ਕੇ ਖਾਊਂਗਾ ਇਹ। ਹਾਂਜੀ ਇੱਕ ਵਾਰ ਫੇਰ ਕਰਦੇ ਇਹ ਪਿਛੋੜੀ ਸ਼ੇਰ ਬਣਾਤਾ ਜੀ ਅਸੀਂ, ਸਾਡੇ ਮਦਨ ਜੀ ਦੀ ਪੋਤੀ ਬਣ ਗਈ ਮਾਤਾ, ਹੁਣ ਵਜ਼ਨ ਘੱਟੋ ਘੱਟ ਵੀ 40 ਕਿਲੋ, 13-14 ਸਾਲ ਦੀ ਕੁੜੀ 14 ਕਿਲੋ ਵਜ਼ਨ, ਮੈਨੂੰ ਜਾ ਕੇ ਕਹਿੰਦਾ ਭਾਅ ਜੀ ਮੇਰੇ ਗੋਡੇ ਕੰਬਦੇ। ਮੈਂ ਕਿਹਾ ਹੋਇਆ, ਮੈਂ ਕਬਾਨੀ ਟੁੱਟ ਗਈ ਆ, ਕਹਿੰਦਾ ਕਬਾਨੀ ਕਿਉਂ ਹੁੰਦੀ ਆ, ਗੋਡੇ ਇਹਦੇ ਘਰ ਤੱਕ ਗੋਡੇ ਕੰਬਣ ਨਹੀਂ ਹਟੇ। ਬਈ ਮਾਤਾ ਹੁਣ ਹਲਕੀ ਹੈ, ਸ਼ੇਰ ਮਾਤਾ ਲੈ ਕੇ ਆਉਣਾ ਜੀ, ਹਾਂਜੀ ਜਾਓ ਜੀ ਲੈ ਕੇ ਆਓ।